ਨੇ ਕਰ ਦਿੰਦਾ ਸ਼ਹਿਰ ਸਾਫ ਬਾਜ਼ਾਰ ਸਾਫ ਕਰ ਦਿੰਦਾ ਬਾਕੀ ਘਰਾਂ ਦਾ ਕੂੜਾ ਕਿਵੇਂ ਸਾਫ ਕਰਾਂਗੇ ਬਾਕੀ ਇੰਨੇ ਸਾਲ ਪਏ ਐਮਐਲਏ ਕੀ ਕਰ ਦੂਗਾ ਅੱਜ ਤੇ ਧੱਕੇ ਨਾ ਕਰਾ ਲੂ ਕੱਲ ਕਿੱਥੋਂ ਕਰਾ ਲੂਗਾ ਇਹ ਹੀ ਚੁੱਕਣਾ ਤੇ ਇਹੀ ਕਰਨੇ ਸਫਾਈ ਤੇ ਨਾ ਕੋ ਕਰ ਹੀ ਸਕਦਾ ਪ੍ਰਧਾਨ ਗੱਲ ਕਰ ਰਿਹਾ ਮੈਨੂੰ ਇਹਦੇ ਨਾਲ ਸਾਡਾ ਮਸਲਾ ਇਹ ਆ ਵੀ ਸਾਡਾ ਜਿਹੜੇ ਮੰਗਾਂ ਨਾ 17 ਮੰਗਾਂ ਵਾ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਉੱਠਣਾ ਪੰਜਾਬ ਲੈਵਲ ਤੇ ਸਾਡਾ ਧਰਨਾ ਵਾ ਕਿਤੇ ਨਹੀਂ ਹੈਗਾ ਵੀ ਉਸ ਤਰ੍ਹਾਂ ਬੈਠਾ ਸਾਰੇ ਧਰਨਿਆਂ ਦੇ ਉੱਤੇ ਬੈਠੇ ਹੋਏ ਆ ਸਾਡੀਆਂ ਮੰਗਾਂ ਪੂਰੀਆਂ ਕਰ ਦੇਣ ਤੇ ਅਸੀਂ ਉੱਠ ਕੇ ਲਵਾਂਗੇ ਜੇ ਨਹੀਂ ਤੇ ਜਦੋਂ ਜਦ ਭਾਵੇਂ 20 ਸਾਲ ਲੱਗ ਜਾਣ ਅਸੀਂ ਇੱਥੇ ਰਵਾਂਗੇ ਇੱਥੇ ਮਰ ਜਾਾਂਗੇ ਇੱਥੇ ਗੁਰੰਗ ਰੋਲ ਜਾਣਗੇ ਅਸੀਂ ਇਹ ਹੱਕ ਮਨਾਂਗੇ ਛੱਡਨੇ ਆ ਉਹਨਾਂ ਜਰ ਪਾਸੇ ਨਹੀਂ ਜਾਣਾ ਪੰਜਾਬ ਦੀ ਸਰਕਾਰ ਨੂੰ ਮੈਂ ਵਾਅਦਾ ਕਰਦਾ ਵਾਂ ਇਹ ਆਪਣੀਆਂ ਮੰਗਾਂ ਪੂਰੀਆਂ ਕਰਾ ਕੇ ਉੱਠਾਂਗੇ ਪੁਲਿਸ ਆ ਜੇ ਕੋਈ ਆ ਜੇ ਲੀਡਰ ਆ ਜੇ ਅਸੀਂ ਕਿਸੇ ਨੂੰ ਨਹੀਂ ਜਾਣਦੇ ਮੰਤਰੀ ਤੱਕ ਨਹੀਂ ਜਾਣਦੇ ਉਹਦੇ ਬੂਹੇ ਗੜੀ ਜਾ ਕੇ ਅਸੀਂ ਗੰਦ ਡੱਕ ਪੱਲਾਉਣਾ ਵਾ ਅੱਜ ਸ਼ਹਿਰਦਾਰ ਕੌਂਸਲ ਆਏ ਆ ਕੂੜਾ ਚੁੱਕਣ ਤੋਂ ਸਾਨੂੰ ਅਸੀਂ ਆਖਿਆ ਅਸੀਂ ਨਹੀਂ ਚੁੱਕਣ ਦੇਣਾ ਅਸੀਂ ਮਰ ਜਾਾਂਗੇ ਅਸੀਂ ਕੂੜਾ ਨਹੀਂ ਚੁੱਕ ਦੇਣਾ ਸਾਡੀ ਮੰਗ ਹੀ ਕੂੜੇ ਤੋਂ ਸ਼ੁਰੂ ਹੁੰਦੀ ਆ ਕਿਸ ਤਰ੍ਹਾਂ ਚੁੱਕਣ ਆਏ ਕੀ ਲੈ ਕੇ ਆਏ ਆਹ ਜੱਜੀ ਵੀ ਲਿਆਂਦੀ ਟਰਾਲੀ ਲਿਆਂਦੀ ਮਸ਼ੀਨ ਮਸ਼ਾਂ ਲਿਆਂਦੀ ਸਾਰਾ ਕੁਝ ਇਹਨੇ ਲਿਆਂਦਾ ਵਾ ਅਸੀਂ ਕੂੜਾ ਨਹੀਂ ਚੁੱਕਣ ਦੇਣਾ ਪਤਾ ਨਹੀਂ ਕਿਹੜੇ ਲਾਉਣੇ ਕੋਈ ਲਾਉਣ ਬੰਦੇ ਆਵੇ ਲਾਉਣ ਲੱਗੇ ਆ ਤੇ ਲਿਆਂਦੀ ਟਰਾਲੀ ਮਸਲਾ ਸਾਡਾ ਇੱਦਾਂ ਨੇ ਜੀ ਤਕਰੀਬਨ ਅੱਜ 22 ਦਿਨ ਹੋ ਗਏ ਸਾਡੇ ਹੜਤਾਲ ਚੱਲਦੀ ਨੂੰ 13 ਮਈ ਦੀ ਹੜਤਾਲ ਆ ਇਹਦੇ ਵਿੱਚ ਅਸੀਂ ਇਕੱਲੇ ਨਹੀਂ ਸਾਡਾ ਪੰਜਾਬ ਦਾ ਜੋ ਐਕਸ਼ਨ ਕਮੇਟੀ ਆ ਉਹਦੇ ਫੈਸਲੇ ਮੁਤਾਬਕ ਅਸੀਂ ਚੱਲ ਰਹੇ ਹਾਂ ਜੋ ਸਾਨੂੰ ਹੁਕਮ ਕਰਦੇ ਆ ਉਹਦੇ ਮੁਤਾਬਕ ਅਸੀਂ ਉਹਨਾਂ ਦੇ ਹੁਕਮ ਦੇ ਵੱਜੇ ਹਾਂ ਜੇ ਸਾਨੂੰ ਜਿਵੇਂ ਜਿਵੇਂ ਕਹਿਣਗੇ ਉਵੇਂ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਕੱਚੇ ਮੁਲਾਜ਼ਮ ਆ ਉਹ ਪੱਕੇ ਕਰਨ 2004 ਵਾਲੀ ਜਿਹੜੀ ਪੈਨਸ਼ਨ ਆ ਉਹ ਬਹਾਲ ਕਰਨ ਨਵੀਂ ਰੱਦ ਕਰਨ ਪੁਰਾਣੀ ਬਹਾਲ ਕਰਨ ਔਰ ਜੋ ਸਾਡੇ ਡੀਏ ਦੀਆਂ ਕਿਸ਼ਤਾਂ ਉਹ ਜਾਰੀ ਕਰਨ ਸਾਡੀ ਪੇ ਕਮਿਸ਼ਨ ਦੀ ਰੋਡ ਰਿਪੋਰਟ ਜਿਹੜੀ ਉਹ ਲਾਗੂ ਕੀਤੀ ਜਾਵੇ ਘੱਟੋ ਘੱਟ ਜਿਹੜੀ ਉਜਰਤਾ ਜੋ ਕਿਰਤ ਕਾਨੂੰਨਾਂ ਦਾ ਉਹਦੇ ਮੁਤਾਬਕ 21,000 ਰੁਪਇਆ ਪ੍ਰਤੀ ਮਹੀਨਾ ਹੈ ਇੱਥੇ ਦੇ ਕੀ ਰਹੇ ਆ 7 ਤੋਂ 8 ਹਜ਼ਾਰ ਦੱਸੋ ਗਰੀਬਾਂ ਦੀਆਂ ਕੀ ਕੀ ਰੋਟੀ ਕਿੱਥੋਂ ਖਾਣਗੇ ਉਹ ਇਸ ਕਰਕੇ ਇਹ ਧਰਨਾ ਜਿਹੜਾ ਬਾਹੀਆਂ ਦੇਣਾ ਪਰ ਇਹਨਾਂ ਨੇ ਇੱਥੇ ਐਮਐਲਏ ਨਹੀਂ ਸਾਰੇ ਪੰਜਾਬ ਦੇ ਐਮਐਲਏ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਜਿਹੜਾ ਕੂੜਾ ਆਪਦੇ ਪੱਧਰੇ 'ਚ ਕਾਵਾਂਗੇ ਕੱਲ੍ਹ ਫਰੀਦਕੋਟ ਵੀ ਇਸੇ ਤਰ੍ਹਾਂ ਹੋਈ ਲੜਾਈ ਉੱਥੋਂ ਭਜਾਏ ਆ ਇਸੇ ਕਰਕੇ ਅਸੀਂ ਵੀ ਅੱਜ ਇਸ ਤਰ੍ਹਾਂ ਬੈਠੇ ਕੂੜਾ ਨਹੀਂ ਚੁੱਕਣ ਦੇਣਾ ਕੌਣ ਹੈ ਇੱਥੇ ਸਾਨੂੰ ਸਾਡੇ ਕੌਂਸਲਰ ਸਾਹਿਬਾਨ ਦੇ ਪ੍ਰਧਾਨ ਹੋਣੀ ਸਾਰੇ ਆਇਆ ਜੀ ਹਾਂਜੀ ਤੇ ਕੀ ਗੱਲ ਹੋਈ ਆ ਗੱਲ ਇਹੋ ਵੀ ਅਸੀਂ ਕੂੜਾ ਚੁੱਕਣਾ ਕਿਸ ਤਰੀਕੇ ਨਾਲ ਉਹ ਆਂਦੇ ਵੀ ਸਾਡੇ ਆਪਦੀ ਉਹਨਾਂ ਜੇਸੀਬੀ ਲੈਂਦੀ ਆਪਦੇ ਬੰਦੇ ਆਪਦੀਆਂ ਟਰਾਲੀਆਂ ਇਸ ਕਰਕੇ ਅਸੀਂ ਜਿਹੜੇ ਵੜੇ ਆ ਅਸੀਂ ਨਹੀਂ ਚੁੱਕਣ ਦੇ ਮੁਲਾਜ਼ਮ ਸਾਰੇ ਤੁਹਾਡੇ ਨਾਲ ਬਿਲਕੁਲ ਮੁਲਾਜ਼ਮ ਨਾਲ ਆ ਜੀ ਚਿਹਰੇ ਖੋਤੇ ਕੂੜਾ ਚੁੱਕਣ ਨਹੀਂ ਜੀ ਨਹੀਂ ਨਹੀਂ ਕਦੇ ਨਹੀਂ ਸਵਾਲ ਨਹੀਂ ਪੜਾਂ ਸਾਨੂੰ ਮਾਰਦੇ ਤੇ ਫਿਰ ਮੈਂ ਚੁੱਕ ਲਾਂਗਾ ਦੇਖੋ ਜੀ ਅਸੀਂ ਆਪਣੇ ਪ੍ਰਾਈਵੇਟ ਬੰਦੇ ਲੈ ਕੇ ਜੇਸੀਬੀ ਲੈ ਕੇ ਟਰਾਲੀਆਂ ਲੈ ਕੇ ਆਏ ਆ ਪਾਸੋਂ ਲੈ ਕੇ ਆਏ ਪ੍ਰਾਈਵੇਟ ਵੀ ਚੁੱਕੀਏ ਇਹਨਾਂ ਨੂੰ ਅਸੀਂ ਆਖਿਆ ਤੁਸੀਂ ਆਪਣਾ ਪ੍ਰੋਟੈਸਟ ਕਰੋ ਤੁਸੀਂ ਪੰਜਾਬ ਸਰਕਾਰ ਤੋਂ ਜਿਹੜੀ ਡਿਮਾਂਡ ਹੈਗੀ ਆ ਥੱਲੇ ਆਪਣਾ ਪ੍ਰੋਟੈਸਟ ਕਰੋ ਕਰੋਨਾ ਮਹਾਮਾਰੀ ਦਾ ਅੱਗੇ ਬੜਾ ਪ੍ਰਕੋਪ ਆ ਬਿਮਾਰੀ ਅੱਗੇ ਵੜੀ ਆ ਫੰਗਸ ਆ ਗਈ ਆ ਕੋਈ ਬਲੈਕ ਫੰਗਸ ਆ ਗਈ ਆ ਵਾਈਟ ਫੰਗਸ ਆ ਗਈ ਆ ਉਹਦੇ ਕਰਕੇ ਸ਼ਹਿਰ 'ਚੋਂ ਸਫਾਈ ਜ਼ਰੂਰੀ ਆ ਸ਼ਹਿਰ ਵਾਲੇ ਔਖੇ ਆ ਆਹ ਵੇਖੋ ਸਫਾਈ ਨਹੀਂ ਕਰਦੇ ਨੇ ਜੀ ਇਹ ਆ ਕੇ ਸਾਨੂੰ ਅਸੀਂ ਥੋੜ੍ਹਾ ਜਿਹਾ ਮੰਗਾਂ ਮੰਨੀ ਪੰਜਾਬ ਸਰਕਾਰ ਨੇ ਮੰਨੀਆਂ ਜੀ ਪੰਜਾਬ ਸਰਕਾਰ ਜੋ ਹੈਗੀ ਆ ਆਪਣਾ ਪ੍ਰੋਟੈਸਟ ਕਰਨ ਉਹ ਨਾਲ ਹੀ ਇਹਨਾਂ ਦੇ ਜੀ ਜਿਹੜੀ ਸਫਾਈ ਕਰਨੀ ਆ ਸਫਾਈ ਇੱਕ ਸ਼ਹਿਰ ਨਿਵਾਸੀ ਨੂੰ ਚੰਗਾ ਸ਼ਹਿਰ ਨਹੀਂ ਸਫਾਈ ਦੇਣੀ ਆ ਜੀ ਕਿਉਂਕਿ ਵਾਅਦੇ ਕੀਤੇ ਅਸੀਂ ਜੀ ਲੋਕਾਂ ਨੂੰ ਬਿਮਾਰੀਆਂ ਫੈਲਣੀਆਂ ਆਹ ਹੈਗੀ ਗੱਲ ਹੈ ਇਹ ਤੁਹਾਡੇ ਸਾਹਮਣੇ ਵੇਖੋ ਐਂ ਪ੍ਰੋਟੈਸਟ ਕਰੀ ਜਾਂਦੇ ਬੇਲੋੜਾ ਪ੍ਰੋਟੈਸਟ ਕਰੀ ਜਾਂਦੇ ਇਹਨਾਂ 'ਚੋਂ ਕਈ ਇਮਪਲਾਈ ਇਹੋ ਆ ਜਿਹੜੇ ਮੈਡੀਕਲ ਅਨਫਿਟ ਆ ਘਰ ਬੈਠੇ ਆ ਜਾਂ ਬੰਦੇ ਰੱਖੇ ਆ ਇਹਨਾਂ ਨੇ ਜੀ 10,000 ਦੇ ਬੰਦੇ ਰੱਖੇ ਆ ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਚੁੱਕਾਂਗੇ ਜੀ ਬਿਲਕੁਲ ਚੁੱਕਾਂਗੇ ਜੀ ਇਹਦੇ ਮਹਾਂਮਾਰੀ ਨੂੰ ਸੱਦਾ ਦੇਣਾ ਹੈ ਜੀ ਇਹਨਾਂ ਦੀ ਇਹ ਕੋਈ ਸਿਆਣਫ ਨਹੀਂ ਗੀ ਜੀ ਜਦੋਂ ਇਹਨਾਂ ਦੀ ਸਰਕਾਰ ਇਹਨਾਂ ਗੱਲਾਂ ਧਿਆਨ ਨਾਲ ਸੁਣ ਰਹੀ ਆ ਵਿਚਾਰ ਕਰ ਰਹੀ ਆ ਪਰ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਜਿਹੜੇ ਹਾਲੇ ਕੱਚੇ ਆ ਕੱਚੇ ਵੀ ਨਹੀਂ ਹੈਗੇ ਡੇਲੀ ਵੇਜ 'ਤੇ ਵੀ ਨਹੀਂ ਹੈਗੇ ਉਸ ਤਰ੍ਹਾਂ ਤੁਰੇ ਫਿਰਦੇ ਆ ਉਹ ਵੀ ਨਾਲ ਬੈਠੇ ਸਦਾਈ ਦੇ ਇਹੋ ਹੱਕ ਹੈ ਜੀ ਕਿ ਸਰਕਾਰ ਨੂੰ ਇਹਨਾਂ ਦੇ ਬਰਖਲਾਫ ਸਖਤ ਕਦਮ ਚੁੱਕਣਾ ਚਾਹੀਦਾ ਸਾਰੇ ਨਾਲ ਦੇਖੋ ਜਗ੍ਹਾ ਇਹ ਜਿਹੜੀ ਸ਼ਹਿਰ ਦੇ ਵਿੱਚ ਸਫਾਈ ਨੂੰ ਲੈ ਕੇ ਪ੍ਰੋਬਲਮ ਆ ਰਹੀ ਸੀ ਜਿਹੜੀ ਪੰਜਾਬ ਲੈਵਲ 'ਤੇ ਸਟ੍ਰਾਈਕ ਚੱਲ ਰਹੀ ਹੈ ਅਤੇ ਅੱਜ ਸ਼ਹਿਰ ਵਾਸੀਆਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਸ਼ਹਿਰ ਨੂੰ ਆਪਣੇ ਤੌਰ 'ਤੇ ਆਪਣੇ ਪੱਧਰ 'ਤੇ ਸਫਾਈ ਕਰ ਲੈਂਦੇ ਹਾਂ ਜਿਹੜਾ ਕੂੜੇ ਕੂੜੇ ਕਰਕਟ ਦੇ ਢੇਰ ਲੱਗੇ ਨੇ ਤਾਂ ਜੋ ਗੰਦਗੀ ਨਾ ਫੈਲ ਜੇ ਲੋਕਾਂ ਨੂੰ ਹੋਰ ਕੋਈ ਪ੍ਰੋਬਲਮ ਨਾ ਆਵੇ ਅਤੇ ਦੂਜੇ ਪਾਸੇ ਜਿਹੜੀ ਸਫਾਈ ਯੂਨੀਅਨ ਦੇ ਪ੍ਰਧਾਨ ਨੇ ਜਾਂ ਉਹਨਾਂ ਦੀ ਯੂਨੀਅਨ ਨੇ ਲੇਬਰ ਯੂਨੀਅਨ ਹੈ ਉਹ ਸਾਰੇ ਕਹਿ ਰਹੇ ਨੇ ਵੀ ਅਸੀਂ ਇਹਨਾਂ ਨੂੰ ਅਸੀਂ ਸਫਾਈ ਨਹੀਂ ਕਰਨ ਦੇਣੀ ਜਾਂ ਚੱਕਣ ਨਹੀਂ ਦੇਣਾ ਉਹਦੇ ਕਰਕੇ ਅਸੀਂ ਉਹਨਾਂ ਨੂੰ 1-2 ਦਿਨ ਦਾ ਸੋਚਣ ਦਾ ਟਾਈਮ ਦਿੱਤਾ ਵੀ ਸ਼ਹਿਰ ਵਾਸਤੇ ਕੋਈ ਵਧੀਆ ਹੱਲ ਕਰਕੇ ਵੀ ਸ਼ਹਿਰ 'ਚ ਗੰਦਗੀ ਵੀ ਨਾ ਫੈਲੇ ਅਤੇ ਆਪਣੀਆਂ ਜਿਹੜੀ ਇਹਨਾਂ ਨੇ ਹੜਤਾਲ ਕਰਨੀ ਹੈ ਉਹ ਇਹਨਾਂ ਦੇ ਆਪਣੇ ਹਿਸਾਬ ਨਾਲ ਚੱਲਦੀ ਦੋ ਅਤੇ ਹੱਲ ਹਜੇ ਤਾਂ ਕੋਈ ਨਹੀਂ ਨਿਕਲਿਆ ਹਜੇ ਤਾਂ ਇਹਨਾਂ ਨਾਲ ਬੈਠ ਕੇ ਟੇਬਲ ਟਾਕ ਕੀਤੀ ਜਾਏਗੀ ਉਹਦੇ ਦੌਰਾਨ ਜੇ ਕੋਈ ਹੱਲ ਨਿਕਲੇਗਾ ਤਾਂ ਫਿਰ ਦੇਖੇ ਆਹ ਕਰੋਨਾ ਨੂੰ ਲੈ ਕੇ ਜਿਹੜੇ ਸ਼ਹਿਰ 'ਚ ਗੰਦਗੀ ਫੈਲਦੀ ਹੈ ਨੁਕਸਾਨ ਹੈ ਇਸ ਚੀਜ਼ ਦਾ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਇਹ ਤਾਂ ਬਹੁਤ ਜ਼ਰੂਰੀ ਸਫਾਈ ਕਰਨੀ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਹੈ ਵੀ ਆਪਾਂ ਸ਼ਹਿਰ ਨੂੰ ਦੇਖ ਕੇ ਚੱਲੀਏ ਉਹਦੇ ਮੁਤਾਬਕ ਆਪਾਂ ਉਹਦਾ ਫੈਸਲਾ ਲਈਏ